ਨਾਲ ਰਿੰਗ ਲਾਈਟ ਫੜਨੀ ਪੈਂਦੀ ਸਾਨੂੰ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਨਵੇਂ ਵਲੌਗ ਦੇ ਵਿੱਚ। ਹੋਪ ਕਿ ਤੁਸੀਂ ਸਭ ਵਧੀਆ ਹੋਵੋਗੇ। ਹਾਂ ਉਹਨੂੰ ਚਲਾ ਦੇ ਪਾਓ। ਓਏ ਉਹ ਤਾਂ ਮੈਨੂੰ ਵੀ ਨਹੀਂ ਚਲਾਉਣਾ ਆਉਂਦਾ, ਉਹਨੂੰ ਹੀ ਆਉਂਦਾ ਚੰਦਨ ਨੂੰ ਸੁੱਤਾ ਪਿਆ ਉਹਦਾ। ਮਾਰ ਲੱਤ ਦੀ ਸੁੱਤਾ ਪਿਆ। ਮਾਰ ਲੱਤ ਓਏ ਖਾ ਦੇ। ਅੱਜ ਕਿੰਨੇ ਦਿਨਾਂ ਬਾਅਦ ਜਾ ਕੇ ਮੂੰਹ ਧੋਤਾ ਮੈਂ, ਫੇਸ ਵਾਸ਼ ਨਾ, ਦਾੜੀ ਮਾੜੀ ਮੋਟੀ ਸੈੱਟ ਕੀਤੀ ਹੈ। ਬਾਕੀ ਸਮਾਨ ਲਿਆਉਣ ਵਾਲਾ ਹੈ, ਜਿਵੇਂ ਸਪਰੇ ਲਿਆਉਣ ਵਾਲੀ ਦਾੜੀ ਵਾਲੀ, ਅਤੇ ਹੋਰ ਵੀ ਇੱਕ ਦੋ ਚੀਜ਼ਾਂ ਨੇ, ਉਹ ਦੇਖਦੇ ਹਾਂ। ਅੱਜ ਜਾਣਾ ਆਪਾਂ ਟੀਮਿੰਸ ਵਾਲੀ ਸਾਈਡ, ਅਤੇ ਉੱਧਰੋਂ ਚੱਕ ਕੇ ਲਿਆਵਾਂਗੇ। ਉਹ ਦੱਸ ਦੇ ਇਹਨੂੰ ਕਿਵੇਂ ਚਲਾਈਦਾ। ਉਹ ਇਹ ਚਾਰ ਲੱਗੇ, ਇੱਥੋਂ ਚਲਾ ਦੇ ਬਸ। ਕੀ ਉਹਦਾ ਗੇਟ ਤੋਂ ਜਾਂਦਾ ਇਹ, ਬਸ ਆ ਚੱਲ ਗਿਆ। ਚੱਲ ਗਿਆ, ਕਰੰਟ ਕਰੰਟ ਤਾਂ ਵੀ ਮਾਰਦਾ ਨਹੀਂ, ਅੱਗ ਮਾਰਦਾ। ਕਰੰਟ ਕਿੱਥੋਂ ਮਾਰ ਦੂਗਾ ਯਾਰ। ਹੁਣ ਮੌਕੇ ਤੇ ਕਰਨ ਲੱਗੇ ਸੀਗੇ ਅਸੀਂ ਚਾਟੇ ਕੌਫੀ ਜਾਂ ਚਾਹ ਦੀ ਤਿਆਰੀ। ਚਾਹ ਤੇ ਬਣਨੀ ਨੀ, ਪੱਤੀ ਨੀ ਲੈ ਕੇ ਆਏ, ਠੀਕ ਆ। ਕੌਫੀ ਬਣਾ ਸਕਦੇ ਹਾਂ ਜਾਂ ਫਿਰ ਚਾਟਾ ਬਣਾਵਾਂਗੇ ਸਿੰਪਲ ਸਿੱਧਾ। ਛੇਤੀ ਕਰ ਯਾਰ, ਭੁੱਖ ਲੱਗੀ ਆ। ਕੈਂਚੀ ਅੰਦਰ ਆ, ਮੈਂ ਲੈ ਕੇ ਆਉਣਾ। ਓਹੋ ਹੋ, ਇੱਕ ਤਾਂ ਇੱਥੇ ਆਹ ਬੜਾ ਰੋਲਾ ਹੈ, ਪੈਰ ਥੱਲੇ ਵੱਜਦਾ ਠਾ ਦੇਣੀ, ਕਿਉਂਕਿ ਲੱਕੜ ਵਾਲਾ ਹੀ ਆ ਸਿਸਟਮ ਸਾਰਾ। ਛੱਤ ਵੀ ਲੱਕੜ ਦੀ ਆ ਥੱਲੇ, ਮਤਲਬ ਕਿ ਫਲੋਰ ਹੋ ਗਿਆ। ਅਲਾ ਇਹਨੂੰ ਧੋ ਲਈ ਮੜਾਇਆ, ਧੋ ਕੇ ਫਿਰ ਕੱਟੀ, ਅਤੇ ਜ਼ਿਆਦਾ ਨਾ ਪਾਲੀ, ਕੋਈ ਰੁਕਟ ਰੁਕਟ ਹੈਗੀ ਇਹਦੇ 'ਤੇ ਚੜਾਉਣ ਦੀ, ਹੋਰ ਬਾਅਦ 'ਚ ਸੇਵ ਕਰਕੇ ਰੱਖਿਆ। ਭਾਂਡਾ ਵੀ ਨਹੀਂ ਲੈ ਕੇ ਆਇਆ, ਉਹ ਕਿੱਥੇ ਆ ਦੂਜਾ? ਫਿਰ ਹੈਗਾ ਤੇ ਆਇਆ, ਹੋਰ ਕਿਹੜਾ ਭਾਂਡਾ ਚੱਕਣੇ? ਹੋਰ ਭਾਂਡਾ ਹੈਗਾ ਕੋਈ? ਪਤਾ ਨੀ ਭਰਾਵਾ, ਐ ਕਰ ਕੋਈ ਵੱਡਾ ਚਲਾ ਯਾਰ, ਛੋਟਾ ਨਾ ਚਲਾ। ਗਰਮ ਤੇ ਹੋਣ ਲੱਗ ਗਿਆ, ਹਾਂ ਪਾ ਦੇ ਇਹਦੇ 'ਚ ਲੱਪਾ, ਜਿਆਦਾ ਵੀ ਨਾ ਪਾਣੀ। ਦੇਖ ਲਈ ਹਿਸਾਬ ਚਲਾ ਕੇ ਕਿੰਨੇ ਜਾਣੇ, ਪੰਜ ਜਾਣੇ ਆਪਾਂ ਯਾਰ, ਲਾ ਲਈ ਹਿਸਾਬ, ਮੈਨੂੰ ਬੜਾ ਪਤਾ। ਦੁਬਾਰੇ ਬਣਾ ਲਾਂਗੇ ਨਹੀਂ ਤਾਂ ਬਹੁਤ, ਉਹ ਜਿੰਨੇ ਪੀਣਾ ਹੋਇਆ ਆਪੇ ਬਣਾ ਲੂਗਾ ਫਿਰ। ਜਿਵੇਂ ਚੰਦਨ ਸਾਹਿਬ ਉੱਠੇ ਨੀਗੇ ਅਜੇ, ਉਹ ਫਿਰ ਬਾਅਦ ਚ ਬਣਾ ਲੂਗਾ, ਤੂੰ ਆਪਣੇ ਆਉਣ ਦੇ। ਹਜੇ ਖੰਡ ਹੀ ਨੀ ਆਈ ਸੱਚ, ਦੇਖੀਏ ਬਾਹਰ ਆਇਆ ਕਿ ਨਹੀਂ, ਖੁੱਲਣਾ ਕਿਵੇਂ ਆ। ਹਾਂ ਵੈਕਿਊਮ ਪੈਕ ਆ। ਹਾਂ ਕੀ ਸਿੱਟ ਤਾ? ਅੱਛਾ ਜਾ, ਡੱਬਾ ਨੀ ਖੁੱਲਣ ਦਿਆ ਕਹਿੰਦੇ, ਇੱਕ ਹੱਥ ਨਾਲ ਖੁੱਲ ਜਾਣਾ। ਬੇਸਤੀ ਕਿਉਂ ਨੀ ਚਾਹੀਦੀ? ਖੁੱਲ ਗਿਆ ਖੁੱਲ ਗਿਆ, ਲੱਗੀ ਫੋਰਸ ਲੱਗਦੀ ਹੈ ਦੂਜੇ ਹੱਥ ਦੀ ਵੀ ਨਾ। ਹਾਂ ਕਿਉਂ ਨੀ ਲੱਗਦੀ? ਬਾਹਰ ਤੇ ਠੰਡ ਹੀ ਬਹੁਤ ਹੈ, ਖਾਈ ਤੇ ਬੂਟ ਵਗੈਰਾ ਨੀ ਪਾਏ, ਚੱਪਲਾਂ ਜੀ ਫਿਰਨੇ ਆ ਅੰਦਰ ਤਾਂ। ਆ ਜਾ ਮਾਮਾ ਯਾਰ, ਭੁੱਖ ਲੱਗੀ ਏ। ਹੁਣ ਆਉਂਦਾ ਫਿਰ ਉਹਦੇ ਬਾਅਦ ਆਪਾਂ ਬਣਾਉਂਦੇ ਹਾਂ ਕੌਫੀ ਵਗੈਰਾ, ਉਦੋਂ ਬਾਅਦ ਫਿਰ ਹਜੇ ਬੱਸ ਸਟੈਂਡ ਲੱਭਣਾ ਸੀ, ਬੱਸ ਸਟੈਂਡ ਵੀ ਨਹੀਂ ਲੱਭਿਆ ਇੱਥੇ ਨੇੜੇ ਤੇੜੇ ਕਿੱਥੇ ਆ, ਅਤੇ ਉਦੋਂ ਬਾਅਦ ਆਪਾਂ ਚੱਲਾਂਗੇ ਟਰਾਂਜ਼ਿਟ ਵੱਲ, ਅਤੇ ਸਿਨ ਨੰਬਰ ਵਗੈਰਾ ਜੋ ਵੀ ਮਤਲਬ ਕਿ ਹੋਰ ਬੈਂਕ ਵਾਲੇ ਕੰਮ ਕਰਨ ਵਾਲੇ ਆ ਉਹ ਅੱਜ ਡਨ ਕਰਦੇ ਹਾਂ, ਕਿਉਂਕਿ ਕੱਲ੍ਹ ਤਾਂ ਹੋਲੀਡੇ ਸੀਗੀ, ਅੱਜ ਓਪਨ ਹੈ ਮੌਕੇ 'ਤੇ, ਠੀਕ ਆ। ਮੌਕੇ 'ਤੇ ਟਾਈਮ ਹੋ ਗਿਆ ਨਾਲੇ 9:30, ਮੈਨੂੰ ਲੱਗਦਾ ਇੱਥੋਂ ਤੁਰਦੇ ਤੁਰਦੇ 10:30 ਵੱਜ ਹੀ ਜਾਣੇ ਆ। ਇੱਧਰ ਦੇਖੋ ਬਾਰੀ ਦਾ ਵਿਊ। ਉਹ ਮਾਮਾ ਜੀ ਉੱਠ ਜਾਓ, ਇਹ ਬੰਦੇ ਦਾ ਨਾਮ ਵੀ ਮੈਂ ਮਾਮਾ ਜੀ ਰੱਖਤਾ, ਕਿਉਂਕਿ ਹਰ ਗੱਲ 'ਤੇ ਕਰਦਾ। ਉਹ ਮਾਮਾ ਰੁੱਕ ਜਾ, ਉਹ ਮਾਮਾ ਜਿਵੇਂ ਮਾਮਾ ਵਰਡ ਯੂਜ਼ ਕਰਦਾ ਜ਼ਿਆਦਾ, ਤਾਂ ਕਰਕੇ ਇਹਦਾ ਨਾਮ ਕਰਨੀ ਮਾਮਾ ਕਰਤਾ ਆਪਾਂ। ਲਓ ਵੀ ਦੁੱਧ ਆਪਣਾ ਕੱਢ ਚੁੱਕਿਆ, ਅਤੇ ਇੱਥੋਂ ਬਾਹਰ ਦਾ ਵਿਊ ਦੇਖਦੇ ਹੋਏ ਕਰਦੇ ਇੰਜੋਏ। ਚਲੋ ਚਲੋ ਚਲੋ, ਲੇਟ ਹੋ ਗਏ, ਅੱਜ ਧੁੱਪ ਨਿਕਲੀ ਹੋਈ ਬਾਹਰ, ਹਨਾ। ਆਪਾਂ ਸਵੇਰ ਦੇ ਬਾਹਰ ਹੀ ਨਹੀਂ ਨਿਕਲੇ ਤੇ ਪਤਾ ਕਿੱਥੋਂ ਲੱਗਣਾ। ਠੰਡ ਨਹੀਂ ਹੈਗੀ ਇੰਨੀ, ਮੈਂ ਸਵੇਰੇ ਜਦੋਂ ਆਇਆ ਨਾ ਸ਼ੂਗਰ ਨਹੀਂ, ਠੰਡ ਤੇ ਹੈ ਨਹੀਂ ਗੀ, ਨਹੀਂ ਹੈ ਸ਼ੂਗਰ ਨਹੀਂ। ਬਰਫ਼ ਪਈ ਹੈ ਨਾ, ਹੁਣ ਰਾਤ ਨੂੰ ਹੋ ਗਈ, ਵੇਖੀ ਪਾਣੀ ਪਿਘਲੂ, ਜਦੋਂ ਬਰਫ਼ ਪਿਘਲੂਗੀ ਨਾ ਉਦੋਂ ਪਤਾ ਲੱਗੂਗਾ। ਅੱਜ ਤੇ ਠੀਕ ਠਾਕ ਜੀ ਧੁੱਪ ਹੈਗੀ ਹੈ, ਹੈ ਇੱਧਰ ਹੀ ਖੜਨਾ ਪੈਣਾ ਆਪਾਂ। ਹਾਂ ਜਾ ਰਹੀ ਹੈ ਬਸ ਕਿੱਧਰ ਦੀ? ਹਾਂ ਤੇ ਉਹੀ ਤੇ ਆਖਣ ਦਿਆ ਸੀ ਤੈਨੂੰ, ਮੈਂ ਕਿਤੇ ਪਰਲੀ ਪਾਸੇ ਜਾਵਾਂ। ਤੂੰ ਇੰਡੀਆ ਦੇ ਹਿਸਾਬ ਨਾਲ ਦੱਸੀ ਜਾਂਦਾ ਹੈ ਪਰਲੀ ਸਾਡੇ ਖਲੋਣਾ ਜਾ ਕੇ। ਗੈਸ ਸਟੇਸ਼ਨ ਕੋਲ ਹੀ ਆ, ਸ਼ੋਅ ਤੇ ਗੈਸ ਸਟੇਸ਼ਨ ਕੋਲ ਹੀ ਕਰਨ ਦਿਆ, ਬਾਕੀ ਦੇਖ ਲੈਂਦੇ ਹਾਂ ਚੱਲ ਕੇ। ਹਾਂ ਅੱਜ ਸਿਰਾ ਲੱਗਣ ਦਿਆ ਜੀ।
धुप निकली ना थोड़ी थोड़ी तां करके, बाकी ठंड तो कोई नहीं अज इन्नी, हवा नहीं चलती तां करके मौसम भी ठीक ठाक है, पर रात नूं ठंड हो जानी बहुत ज़्यादा। तुरया तुरया सानू भी नहीं पता बस केड़ी ते जाना है केड़ी ते नहीं जाना, बस स्टॉप कित्थे सानू ते भी नहीं पता, लभना पैना सारा कुछ ही। ओ सामने जेसीबी लगी है बर्फ चक्कन दे आ लो जी, एक काम डन हो गया अपना, ठीक है सिन नंबर वाला सिन नंबर अपन मिल चुका, तो एक काम रह गया हूँ जी आई सी वाला अकाउंट खुला आप स्कोशिया बैंक च, स्कोशिया च खिला दिए तेरा भी नो 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 मैं उधर ट्रांसफर करूंगा। अच्छा मैं तो स्कोशिया च खिलाऊंगा, चलते हैं पहला अपॉइंटमेंट लैनी पैनी, देखो किदन की मिलती है, दो दिन बाद तीन दिन बाद हो सकता कि उनका सपोर्ट होनी कर देने काम, बाकी जाया ही पता लगेगा। हम फिलहाल तो करिए यही गुरुद्वारे चलने हैं, वो तो बाद फिर चलेंगे बैंक। लो जी गुरुद्वारे हो आए आप, हुण चले आ बैंक, ठीक है पहला इंदा काम करते हैं क्योंकि मेरे वाला जिहड़ा बैंक है वो तो अपने घर के नेड़े भी एक हैगा, उनकी ब्रांच उत्थे हैगी आ, तो इंदे वाला इत्थे ही है, इंदे वाला काम नबेड़दे आ, उस तों बाद फिर अपने वाला काम करांगे। ओए 16 नंबर बस फिर यार आऊगी भी लेट बाद चों, हुण जे टंगी तां सवेरे आवांगे, चलो सवेरे। हाँ सही गल है, सवेरे टाइम ना आवेंगे यार, अज लेट करा छड़िया तुसीं, चलो कोई नहीं इदा करते हैं, मैं तो सवेरे उठ के टाइम ना ही कर आना काम आपदे वाला उधर बैंक वाला, बाकी फिर इन्हां दा करावांगे बाद चो आके, हुण चलते हैं फिर घरे ही आपां। लो जी घरे पहुँच गया, पर सानू ही पता ही किवें पहुंचे आ, सानू स्टोव स्टूव का पता ही नहीं किहड़े ते उतरना सीगा, सिरा ही लग्या पिया, वो घरे ही ने, वो तो देख ला कि घरे हो ना, चाबी तो है नहीं अपने कोल, नेरा हो गया नेरा, अज रोटियां भी पकानिया है नहीं के करी होनी चाबी हो है नहीं के यार, बाकी कौन नहीं फोन कर फोन कर 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 फोन इत्थे होगा जाऊगा कित्थे, इन्ने काले आउंदे अहीं फोन नूं पता नहीं की होया फोकस ही नहीं करता आपे, पड़ा तू साडे ते फोकस कर आसे पासे करी जांदा, छेती कर यार भुख लगी मैनूं तां, चल के खाइए कुछ। लो जी घरे पहुंच गए सीगे आपां, ते घरे कोई नहीं गा मौके ते, ठीक है सारे गए होए ने कॉलेज वाली साइड, असीं देखांगे सवेरे जावांगे हुण, ते बाकी तुहानूं एक छोटा जिहा होम टूर दे दिंदे आ, ठीक है बाकी शायद मैं पिछले व्लॉग च दिखाया सीगा पर उह नेरा सीगा, हाँ पता नहीं दिखाया नहीं दिखाया मैंने चेता ही नहीं असल दसा था, तो आप करते हैं मेन एंट्रेंस तो स्टार्ट करांगे, आ देख लो अपना मेन गेट आ, ठीक है तो आ थोड़ा जिहा एरिया बनया हो, इत्थे आपां शू रैक लाता, ठीक है बाहरों समान चक के जगाड़ जगूड़ ला के शू रैक बनाता आपां, तो बाकी जिहड़ा पोचा झाड़ू वो सारा कुछ इत्थे थले पिया, तो आ थले बेसमेंट है, ठीक है वो एक अलग मतलब कि एरिया है अपने को उत्ते वाला सिर्फ, तो इधर नाल दी नाल आ जांदा किचन, ठीक है इत्थे ऑलमोस्ट सारा कुछ हैगा, एक माइक्रोवेव नूं छड्ड के वह भी आजूगा, तो बाकी सफाई आपां करती सी कल थोनू पता ही है, तो अज समान लैके आवांगे फिर अगे काम करांगे स्टार्ट, तो आ वाला एरिया हुंदा है मेज ला के आपां कहिंदे डाइनिंग टेबल कह सकते हैं, हाँ ठीक है वह टेबल लगता हुंदा, तो मौके पर इत्थे आपां एक गद्दा ला रखे बंदे दे सौण लई, क्योंकि एक रूम दे विच ना लाइट की थोड़ी प्रॉब्लम आ, उत्थे कोई लाइट नहीं जगती तां करके इत्थे गद्दा ला रखे, तो उस बाद आ जांदा खुल जा मामा खुल गया, आ एक गेट आ जांदा, ठीक है घर है जिहड़ा अपना जमा हाईवे दे उत्ते आ, सामने हाईवे है, ये हाईवे जांदा टोरोंटो सीधा, ठीक है इत्थों सीधा हाईवे बनया होया, तो आगे आ जांदा मेन बैंड बूंड नूं बनया होया लक्कड़ दा, ठीक है हुण तो मौके ते बर्फ पई है, इत्थे आ सफाई हो जूगी गर्मियां दे टाइम, तो आ बैंड नूं बनया होया जगाड़, क्या मस्त व्यू आऊगा इतों, ठीक है गर्मियां दे टाइम सिरा लग जूगा, बाकी आ घाह को हुण ते थले नप्पिया पिया, जदों गर्मियां दे टाइम होगा फिर सारा सैट करांगे, तो आ हजे बर्फ वैसे राह वाली चक्कनी है, ये टाइम नहीं लगन दिया, जिदन वेले होए ना प्रोपर उदन करांगे आ काम।
ਹੁਣ ਇਹਨੂੰ ਕਰਦੀ ਹੈ ਬੰਦ ਅਤੇ ਉਦੋਂ ਬਾਅਦ ਆਉਂਦਾ ਆਪਣਾ ਆ ਏਰੀਆ ਓਪਨ ਠੀਕ ਹੈ ਇਹ ਸਾਰਾ ਓਪਨ ਹੀ ਛੱਡ ਰੱਖਿਆ ਇੱਕ ਕੁਰਸੀ ਰੱਖ ਰੱਖੀ ਇੱਥੇ ਇਹ ਥੱਲੋਂ ਲੈ ਕੇ ਆਉਂਦੀ ਸੀ ਥੱਲੇ ਪਈ ਸੀ ਅਤੇ ਬਾਕੀ ਆ ਡੰਗਾ ਡੂੰਗਾ ਰੱਖਿਆ ਮਾੜਾ ਮੋਟਾ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਇੱਥੇ ਲੋਕ ਕਿਵੇਂ ਲੱਗਦੇ ਆ ਆਈ ਥਿੰਕ ਸੋ ਲੱਗ ਗਿਆ ਬਾਕੀ ਬਾਹਰੋਂ ਜਾ ਕੇ ਚੈੱਕ ਕਰਨਾ ਪਊਗਾ ਲੱਗਿਆ ਨਹੀਂ ਲੱਗਿਆ ਅਤੇ ਆਹ ਦਿਖਾਤਾ ਤੁਹਾਨੂੰ ਠੀਕ ਆ ਵੈਸੇ ਤਾਂ ਥੱਲੇ ਇੱਕ ਟੀ ਵੀ ਵੀ ਪਿਆ ਪਰ ਉਹ ਸਾਡੇ ਤੋਂ ਚੱਕਿਆ ਨਹੀਂ ਗਿਆ ਮਤਲਬ ਕਿ ਭਾਰਾ ਵਾਹਵਾ ਸੀ ਅਤੇ ਇੱਧਰ ਆਉਂਦਿਆਂ ਇੱਕ ਆਹ ਦੇ ਰੱਖਿਆ ਆਪਾਂ ਨੂੰ ਠੀਕ ਆ ਸਮਾਨ ਵਗੈਰਾ ਰੱਖਣ ਨੂੰ ਇੱਥੇ ਥੋੜ੍ਹਾ ਬਹੁਤ ਪਿਆ ਵੀ ਹੈ ਪ੍ਰਿੰਟਰ ਪਿਆ ਕੋਈ ਪੁਰਾਣਾ ਚੱਲਦਾ ਅਸੀਂ ਵੇਖਿਆ ਚਲਾ ਕੇ ਅਤੇ ਉਦੋਂ ਬਾਅਦ ਇੱਕ ਆਹ ਹੋਰ ਆ ਜਾਂਦਾ ਸਮਾਨ ਰੱਖਣ ਨੂੰ ਠੀਕ ਹੈ ਆਹ ਇੱਦਾਂ ਸਲਾਈਡ ਜੀ ਤਾਂ ਬਣੀ ਹੋਈ ਹੈ ਕਿਉਂਕਿ ਆਹ ਥੱਲੇ ਬੇਸਮੈਂਟ ਨੂੰ ਪੌੜੀਆਂ ਜਾਂਦੀਆਂ ਉਹਦੇ ਕਰਕੇ ਇੱਦਾਂ ਬਣਿਆ ਹੋਇਆ ਉਦੋਂ ਬਾਅਦ ਆ ਜਾਂਦਾ ਆ ਇੱਕ ਰੂਮ ਜਿਹਦੇ 'ਚ ਲਾਈਟ ਹੈ ਨਹੀਂ ਗੀ ਮੈਂ ਦੱਸਿਆ ਸੀ ਤੁਹਾਨੂੰ ਉਹ ਗਾਣੇ ਬੰਦ ਕਰ ਹੋਏ ਕੋਪੀਰਾਈਟ ਆਜੂ ਠੀਕ ਹੈ ਇੱਥੇ ਉਹਨਾਂ ਨੇ ਸਮਾਨ ਰੱਖ ਰੱਖਿਆ ਆਪਦਾ ਅਤੇ ਮਤਲਬ ਕਿ ਰੂਮ ਅਸੀਂ ਵੰਡ ਲਿਆ ਵੈਸੇ ਤਾਂ ਸਾਡਾ ਰੂਮ ਆਹ ਵਾਲਾ ਹੈ ਇਹ ਵੀ ਦਿਖਾਉਣਾ ਪ੍ਰੋਪਰ ਆ ਇੱਕ ਬਾਈ ਦਾ ਰੂਮ ਆ ਆ ਦੂਜੇ ਦਾ ਵਾ ਠੀਕ ਹੈ ਸ਼ੇਅਰਿੰਗ 'ਚ ਨੇ ਦੋ ਦੋ ਜਾਣੇ ਰਹਿੰਦੇ ਆ ਚਾਰ ਜਾਣੇ ਇੱਧਰ ਅਤੇ ਦੋ ਜਾਣੇ ਇੱਧਰ ਛੇ ਜਾਣਿਆਂ ਲੈ ਰੱਖਿਆ ਆ ਗਿਆ ਵਾਸ਼ਰੂਮ ਠੀਕ ਆ ਇੱਥੇ ਕੀ ਆ ਅਸੀਂ ਸਿੱਟ ਰੱਖੇ ਇਹਨਾਂ ਨੂੰ ਵਾਸ਼ ਕਰਨਾ ਉਦੋਂ ਬਾਅਦ ਕੱਪੜੇ ਵਗੈਰਾ ਟੰਗਾਂਗੇ ਇਹਦੇ 'ਤੇ ਬਾਕੀ ਸਮਾਨ ਵਗੈਰਾ ਲਿਆਉਣ ਵਾਲਾ ਹਜੇ ਸਾਰਾ ਅਤੇ ਇਹਦਾ ਰੂਮ ਵੀ ਦਿਖਾਈ ਦੇਈਏ ਆਹ ਦੇਖ ਲਓ ਇੱਕ ਰੂਮ ਠੀਕ ਹੈ ਜਿਹੜਾ ਪਹਿਲਾਂ ਮੈਂ ਸਿਲੈਕਟ ਕੀਤਾ ਸੀਗਾ ਪਰ ਬਾਅਦ 'ਚੋਂ ਮੈਂ ਕੈਂਸਲ ਕਰਤਾ ਕਿਉਂਕਿ ਇੱਥੇ ਵੀਡੀਓ ਕੁਆਲਿਟੀ ਨਹੀਂ ਆਉਂਦੀ ਵਧੀਆ ਕਰ ਦਿਓ ਬੰਦ ਹੁਣ ਆ ਗਿਆ ਆਪਣੇ ਵਾਲਾ ਰੂਮ ਠੀਕ ਹੈ ਜਿੱਥੇ ਕਿ ਕੰਮ ਚੱਲ ਰਿਹਾ ਅਸੀਂ ਸਮਾਨ ਲੱਭ ਲੱਭ ਕੇ ਲਿਆ ਰਹੇ ਹਾਂ ਫਰਨੀਚਰ ਵਾਲਾ ਜਿਹੜਾ ਵੀ ਲੱਭਦਾ ਇੱਕ ਤਿਆਰ ਲੱਭ ਕੇ ਲਿਆਉਂਦਾ ਠੀਕ ਹੈ ਇੱਕ ਉਹ ਲੱਭ ਕੇ ਲਿਆਉਂਦਾ ਇੱਕ ਅਸੀਂ ਮੇਜ਼ ਲੱਭ ਕੇ ਲਿਆਉਂਦਾ ਸੀ ਜਿਹੜਾ ਕਿ ਮੈਂ ਬਾਹਰ ਕੱਢਤਾ ਹੁਣ ਠੀਕ ਹੈ ਸਪੇਸ ਹੈ ਨਹੀਂ ਗੀ ਇੰਨੀ ਜ਼ਿਆਦਾ ਅਤੇ ਹੁਣ ਸਾਡੀ ਸਲਾਹ ਬਣਦੀ ਹੈ ਕਿ ਬੈਗ ਵਗੈਰਾ ਕਰੀਏ ਓਪਨ ਅਤੇ ਰੱਖ ਦਈਏ ਸਮਾਨ ਸਾਰਾ ਠੀਕ ਆ ਹਾਂ ਫਿਰ ਕੀ ਬਣੀ ਸਲਾਹ ਕਰ ਖੋਲੀਏ ਕਰ ਦਈਏ ਕੰਮ ਸ਼ੁਰੂ ਅਤੇ ਨਾਲ ਦੇ ਆਪਣੇ ਆ ਜਾਂਦੇ ਹੁਣੇ ਅਤੇ ਫਿਰ ਦੇਖਦੇ ਹਾਂ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਹੈ ਹਜੇ ਤਾਂ ਵੈਸੇ ਸਮਾਨ ਲੈ ਕੇ ਆਉਣਾ ਠੀਕ ਹੈ ਉਦੋਂ ਬਾਅਦ ਹੀ ਕੰਮ ਸਟਾਰਟ ਹੋਊਗਾ ਟਾਈਮ ਕੀ ਹੋ ਗਿਆ ਮੌਕੇ 'ਤੇ ਮੇਰੇ ਯਾਰ 12 ਹੋਏ ਖੜੇ ਇੱਕ ਮਿੰਟ ਅੱਗੇ ਚੱਲਦਾ ਮੇਰਾ ਫੋਨ ਉਹਦੇ 11 ਹੋਇਆ ਅਤੇ 4-12 ਹੋ ਗਿਆ ਉਹ ਆਉਣਗੇ ਮੇਰੇ ਖਿਆਲ ਨਾਲ 5 ਵਜੇ ਤੱਕ ਮਸਾਂ ਉਦੋਂ ਬਾਅਦ ਅਸੀਂ ਸਮਾਨ ਲੈਣ ਜਾਵਾਂਗੇ ਆਟਾ ਵਗੈਰਾ ਲੈ ਕੇ ਆਵਾਂਗੇ ਅਤੇ ਉਦੋਂ ਬਾਅਦ ਹੋਊਗਾ ਕੀ ਕਹਿੰਦੇ ਉਹਨੂੰ ਕੰਮ ਸਟਾਰਟ ਠੀਕ ਹੈ ਰੋਟੀਆਂ ਪਕਾਉਣ ਵਾਲਾ ਮਸਾਲੇ ਮਸੂਲੇ ਸਭ ਲੈ ਕੇ ਆਉਣਾ ਸਬਜ਼ੀ ਲੈ ਕੇ ਆਉਣੀ ਕੋਈ ਨਾ ਕੋਈ ਅਤੇ ਚਾਹ ਪੱਤੀ ਸਵੇਰੇ ਅੱਜ ਉਹ ਦੂਜਾ ਕਹਿੰਦੇ ਦੁੱਧ ਲਾਇਆ ਸੀ ਕੱਲ੍ਹ ਅਤੇ ਉਹ ਖੰਡ ਨਹੀਂ ਲੈ ਕੇ ਆਏ ਉਹ ਸਵੇਰੇ ਲਿਆਉਂਦੀ ਹੈ ਹੁਣ ਐਵੇਂ ਹੌਲੀ ਹੌਲੀ ਚੇਤਾ ਆਊਗਾ ਸਮਾਨ ਅਤੇ ਹੌਲੀ ਹੌਲੀ ਲਿਆਉਂਦੇ ਰਹਾਂਗੇ ਬਾਕੀ ਕੋਈ ਨਹੀਂ ਸਭ ਹੋਜੂਗਾ ਕੋਈ ਚੱਕਰ ਨਹੀਂ ਗਾ ਅਤੇ ਹੁਣ ਕਰਦੇ ਹਾਂ ਆਪਾਂ ਵਲੋਗ ਨੂੰ ਐਂਡ ਠੀਕ ਆ ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਬਾਕੀ ਕਮੈਂਟ ਕਰਕੇ ਦੱਸਿਓ ਕਿ ਘਰ ਕਿੱਦਾਂ ਦਾ ਲੱਗਿਆ ਠੀਕ ਹੈ ਮੈਨੂੰ ਤਾਂ ਵਰਥ ਇਟ ਲੱਗਿਆ ਮਤਲਬ ਕਿ ਪ੍ਰਾਈਜ਼ ਦੇ ਹਿਸਾਬ ਨਾਲ ਵੀ ਠੀਕ ਹੈ ਜ਼ਿਆਦਾ ਮਾੜਾ ਵੀ ਨਹੀਂ ਕਹਿ ਸਕਦੇ ਜ਼ਿਆਦਾ ਚੰਗਾ ਵੀ ਨਹੀਂ ਕਹਿ ਸਕਦੇ ਬਾਕੀ ਅਜੇ ਸਮਾਨ ਆਉਣ ਵਾਲਾ ਹੈ ਉਹ ਆਉਣ ਤੋਂ ਬਾਅਦ ਸਭ ਸੈੱਟ ਹੋਜੂਗਾ ਠੀਕ ਹੈ ਮਤਲਬ ਕਿ ਜਿਹੜੇ ਬੰਦੇ ਦਾ ਮਤਲਬ ਕਿ ਘਰ ਰਹਿਣਾ ਵਾਲਾ ਉਹ ਟੋਰੋਂਟੋ ਰਹਿੰਦਾ ਅਤੇ ਉਹਨੇ 6 ਜਾਂ 7 ਤਰੀਕ ਨੂੰ ਆਉਣਾ ਇੱਥੇ ਉਦੋਂ ਬਾਅਦ ਆ ਕੇ ਉਹ ਮਤਲਬ ਕਿ ਇਹਦੇ 'ਚ ਲੌਂਡਰੀ ਵਾਲਾ ਸਿਸਟਮ ਅਤੇ ਬੈੱਡ ਵਗੈਰਾ ਸਾਰੇ ਨਵੇਂ ਅਤੇ ਇੱਦਾਂ ਦਾ ਅੜੰਗਾ ਮਤਲਬ ਕਿ ਜੋ ਵੀ ਹੈਗਾ ਸਭ ਕਰ ਦੂਗਾ ਅਰੇਂਜ ਅਤੇ ਕਿਚਨ 'ਚ ਵੀ ਜੋ ਚਾਹੀਦਾ ਉਹ ਸਭ ਅਰੇਂਜ ਕਰਕੇ ਦਊਗਾ ਉਹ ਅਤੇ ਉਦੋਂ ਬਾਅਦ ਘਰ ਆਪਣਾ ਹੋਜੂਗਾ ਦੀ ਬੈਸਟ ਠੀਕ ਆ ਅਤੇ ਕੋਲੇਜ ਦੇ ਨੇੜੇ ਹੈ ਇਹ ਆਪਾਂ ਨੂੰ ਇੱਕ ਬਹੁਤ ਵੱਡਾ ਬੈਨੀਫਿਟ ਕਹਿ ਸਕਦੇ ਹਾਂ ਅਤੇ ਸਵੇਰੇ ਆਪਾਂ ਕੋਲੇਜ ਵੀ ਜਾਣਾ ਠੀਕ ਆ ਅਤੇ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੇ ਵਲੋਗ ਚੰਗਾ ਲੱਗਾ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਚੈਨਲ 'ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਮਿਲਦੇ ਹਾਂ ਫਿਰ ਨੈਕਸਟ ਵਲੋਗ ਦੇ ਵਿੱਚ ਟੇਕ ਕੇਅਰ ਬਾਏ ਬਾਏ